ਹੋਵੇ ਚੱਲ ਗਏ ਹੋਸ਼ ਕਰੋ ਕੋਈ ਚੱਲ ਗਏ ਆ ਹੋਰ ਕੀ ਇੱਧਰ ਫੜਾ ਕਿੱਡੀ ਛੇਤੀ ਨੋਟਾਂ ਨੂੰ ਪੈਂਦਾ ਸਿੱਧਾ ਜਿਹਾ ਹੋ ਕੇ ਮਾਇਆ ਨੂੰ ਬੜਾ ਪੈਂਦੇ ਜੀ ਉਹ ਬਾਬੇ ਹੋਰ ਤਾਂ ਕੋਈ ਹੈ ਨੀ ਇੱਥੇ ਠੋਕ ਕੇ 200 ਲੈਣਾ ਆਪਣਾ 200 ਦੇਣ ਲੱਗਿਆ ਵੀ ਹੋਰ ਤਰ੍ਹਾਂ ਦਾ 500 ਦਾ ਨੋਟ ਰੱਖਣਾ ਹੁੰਦਾ ਵਿੱਚੋਂ ਅਜਾ ਮੈਨੂੰ ਪੱਕਾ ਪਤਾ ਤੂੰ ਕੁੰਡੀ ਵੀ ਲਾਉਂਦਾ ਹੋਏਗਾ ਜਦੋਂ ਬਾਬੇ ਧਿਆਨ ਵਿੱਚ ਬੈਠੇ ਹੁੰਦੇ ਆ ਕੁੰਡੀ ਕੀ 10-10 ਰੁਪਈਏ ਦਿੰਦੀਆਂ ਬੁੜੀਆਂ ਤੇ ਕੁੰਡੀ ਇਹਚੋਂ ਕੀ ਲਾਉਣੀ ਬਾਬਾ ਭਰਾਵਾ ਬੁਲਾ ਲਾ ਕੋਈ ਤਗੜੀ ਸਾਮੀ ਬਾਬਾ ਜੀ ਉਹਨਾਂ ਕੀਤਾ ਫੋਨ ਸੰਗਤ ਨੇ ਅੱਜ ਆਉਂਦੇ ਹੀ ਉਹ ਸੰਗਤ ਉਹਦੇ ਨਾਲ ਹੀ ਉਹ ਯਾਰ ਹੁਣ ਤੇ ਭਰਾਵਾ ਬਾਹਰ ਜਾ ਕੇ ਮੰਗਣ ਤੋਂ ਵੀ ਡਰ ਲੱਗਦਾ ਲੋਕ ਤਾਂ ਕਹਿੰਦੇ ਸਾਰੇ ਕਹਿ ਦਿੰਦੇ ਘੋੜੇ ਵਰਗਾ ਹੈਗਾ ਜਾ ਕੇ ਕਿਤੇ ਦਿਹਾੜੀ ਕਰ ਲਿਆ ਕਰ ਹੁਣ ਬੰਦਾ ਪੁੱਛੇ ਇਹੋ ਜਿਹੀ ਗਰਮੀ 'ਚ ਕੌਣ ਦਿਹਾੜੀ ਕਰੇ ਉੱਧਰੋਂ ਜਿੰਨਾ ਤੇ ਦਿਹਾੜੀ ਕਰਨ ਚਾਹੀਦਾ ਅਗਲੇ ਸਾਰਾ ਦਿਨ ਲੱਕ ਨੀ ਪੁੱਟਣ ਦਿੰਦੇ ਇੱਥੇ ਤੇ ਬੜਾ ਵਧੀਆ ਵਾ ਮਜ਼ੇ ਨਾਲ ਬਹਿ ਕੇ ਤੇ ਲੋਕਾਂ ਕੋਲੋਂ ਮਾਂਜੀ ਜਾਈਦੇ ਆ ਇੱਥੇ ਤੇ ਬਾਬਾ ਫਲ ਫਰੂਟ ਵੀ ਬੜਾ ਆਉਂਦਾ ਵਾ ਕਰ ਯਾਰ ਫੋਨ ਕਰ ਮੇਰਾ ਤਾਂ ਲੱਕ ਟੁੱਟਣ ਡਿਆ ਮੇਰਾ ਤਾਂ ਜੀ ਕਰ ਲਿਆ ਘੜੀ ਲੰਮੇ ਪੈਣ ਨੂੰ ਫੋਨ ਕੀਤਾ ਬਾਬਾ ਜੀ ਆਉਂਦੀ ਹੋਣੀ ਸੰਗਤ ਕੋਈ ਨੀ ਓਏ ਓਏ ਆ ਕਿੰਨੀ ਸੋਹਣੀ ਆ ਓਏ ਬਾਬਾ ਮੈਨੂੰ ਵੀ ਵਿਖਾ ਦੇ ਬਹੁਤ ਪਰ ਹੋ ਗਿਆ ਜਾ ਮੇਰੀ ਗੱਲ ਸੁਣੋ ਬਾਬਾ ਜੀ ਜੋ ਪੁੱਛਣ ਉਹਨਾਂ ਜਵਾਬ ਦਿਓ ਬਾਬਾ ਜੀ ਨੂੰ ਗੁੱਸਾ ਨਾ ਚੜਾਇਓ ਜ਼ਿਆਦਾ ਬਾਬਾ ਜੀ ਹਜੇ ਭਗਤੀ 'ਚ ਲੀਨ ਹੋਣ ਠੀਕ ਆ ਜੀ ਅਤੇ ਆ ਜਾਓ ਸੰਗ ਤੋਂ ਬਹਿ ਜਾਓ ਹੁਣ ਉੱਥੇ ਬਾਬਾ ਜੀ ਦੇ ਲਾਗੇ ਆ ਜਾਓ ਇੱਥੇ ਬਹਿ ਜਾਓ ਆ ਗਈਆਂ ਜੇ ਭਗਤਣੋ ਆ ਗਈਆਂ ਆ ਗਈਆਂ ਪਰੇਸ਼ਾਨ ਰਹਿੰਦੀ ਹੈ ਬਿਮਾਰੀ ਡਾਕਟਰ ਦੀ ਸਮਝ ਚ ਨਹੀਂ ਆਉਂਦੀ ਆਵੇਗੀ ਕਿਥੋਂ ਡਾਕਟਰ ਦੇ ਕਾਬੂ ਆਉਣ ਵਾਲੀ ਨੀ ਹੈਗੀ ਇਹ ਬਲਾ ਮੈਂ ਕਿਹਾ ਤੂੰ ਫਿਕਰ ਨਾ ਕਰ ਤੂੰ ਕੁੜੀ ਨੂੰ ਛੱਡਣਾ ਕਿ ਨਹੀਂ ਛੱਡਣਾ ਮੈਂ ਤੈਨੂੰ ਪੁੱਛਿਆ ਤੂੰ ਕੁੜੀ ਨੂੰ ਛੱਡਣਾ ਕਿ ਨਹੀਂ ਛੱਡਣਾ ਬਾਬਾ ਜੀ ਉਹ ਕਹਿੰਦਾ ਮੈਂ ਨਹੀਂ ਛੱਡਣਾ ਓਏ ਮੈਨੂੰ ਵੀ ਪਤਾ ਉਹ ਕਹਿੰਦਾ ਮੈਂ ਨਹੀਂ ਛੱਡਣਾ ਚੁੱਪ ਰਿਹਾ ਕਰ ਤੂੰ ਤੈਨੂੰ ਮੈਂ ਪੁੱਛਿਆ ਤੂੰ ਛੱਡਣਾ ਕਿ ਨਹੀਂ ਛੱਡਣਾ ਛੱਡਣਾ ਨਹੀਂ ਛੱਡਣਾ ਬਾਬਾ ਜੀ ਤੇ ਉਹ ਮੰਤਰ ਮਾਰੋ ਮੈਨੂੰ ਵੀ ਲੱਗਦਾ ਉਹ ਟਾਈਮ ਆ ਗਿਆ ਉਹ ਮੰਤਰ ਮਾਰਨਾ ਪੈਣਾ ਬਾਬਾ ਜੀ ਇੱਥੇ ਬੀਬੀ ਕੁੜੀ ਦਾ ਭੂਤ ਦੇ ਦਿੱਤਾ ਕੱਢ ਹੁਣ ਇਹਦੇ ਤੋਂ ਵੀ ਵੱਡੀ ਬਲਾ ਇਹਨਾਂ ਦੇ ਘਰ ਦੇ ਵਿੱਚ ਆ ਉਹ ਕੱਢਣੀ ਪਏਗੀ ਨਹੀਂ ਤੇ ਇਹਦੇ ਘਰ ਦੇ ਬਾਕੀ ਜੀਆਂ ਨੂੰ ਝੰਬੜ ਸਕਦੀ ਆ ਕੋਈ ਨੀ ਬਾਬਾ ਜੀ ਉਹ ਬਣਾ ਲਓ ਦਿਨ ਦੀ ਦਿਨ ਤੁਸੀਂ ਆਉਣਾ ਦੱਸ ਦਿਓ ਵੀ ਘਰ ਆਉਣਾ ਪਏਗਾ ਤੇ ਉਹਦੇ ਲਈ ਵੱਡਿਆਂ ਬਾਬਿਆਂ ਦੀਆਂ ਆਤਮਾਵਾਂ ਨੂੰ ਸੱਦਣਾ ਪੈਣਾ ਖਰਚਾ ਲੱਗਣਾ ਖਰਚਾ
ਬਲੀ ਮੰਗਦੀਆਂ ਨੇ ਆਤਮਾਵਾਂ, ਬਲੀ ਮੰਗਦੀਆਂ ਨੇ, ਉਹਨਾਂ ਨੂੰ ਬਲੀਆਂ ਦੇਣੀਆਂ ਪੈਣੀਆਂ। ਕੋਈ ਨੀ ਬਾਬਾ ਜੀ, ਖਰਚਾ ਕਰਾਉਣਗੇ, ਦੇਣ ਜੋਗੇ ਨੇ। ਕਰਾ ਦੋ ਫਿਰ ਜਮਾਂ, ਫਿਰ ਜਦੋਂ ਅਸੀਂ ਤਿਆਰੀ ਕਰ ਲਾਂਗੇ ਅਸੀਂ ਦੱਸ ਦੇਵਾਂਗੇ। ਨਾ 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 ਪੰਟਣੀਆਂ, ਬਾਬੇ ਮਾਂ ਨੂੰ ਹੱਥ ਨਹੀਂ ਲਾਉਂਦੇ, ਮੇਰਾ ਮਾਇਆ ਨਾਲ ਕੋਈ ਮੋਹ ਨਹੀਂ। ਬਾਬਾ ਜੀ ਚਲੋ ਠੀਕ ਆ, ਫਿਰ ਹੁਣ ਫਿਰ ਬਾਬਿਆਂ ਦੀ ਭਗਤੀ ਦਾ ਟਾਈਮ ਹੋ ਗਿਆ, ਤੇ ਅਸੀਂ ਹੁਣ ਜਦੋਂ ਤਿਆਰੀ ਕਰ ਲਾਂਗੇ ਆਤਮਾਵਾਂ ਦੇ ਨਾਲ, ਵੱਡਿਆਂ ਬਾਬਿਆਂ ਦੀਆਂ ਨਾਲ ਗੱਲ ਕਰ ਲਾਂਗੇ, ਫਿਰ ਤੁਹਾਨੂੰ ਦੱਸ ਦੇਵਾਂਗੇ। ਠੀਕ ਹੈ। ਪਰੇ ਕਰ ਲੱਤਾਂ ਘੁੱਟ ਪਖਾਨੀ ਕਰਦਾ ਰਹਿੰਦਾ ਸਾਰੀ ਦਿਹਾੜੀ, ਕਦੇ ਸੰਗਤ ਆਉਂਦੀ ਤੇ ਜਿਹੜੇ ਦਾਦੀ ਹੁੰਦੇ ਉਹ ਵੀ ਖੋ ਕੇ ਗਾਹ ਜਾਂਦਾ। ਜਿਹੜੇ ਚਾਰ ਤੇ ਲਿਆਉਂਦੇ ਆ ਨਾ ਕਮਾਲਾ, ਜਿੱਦਾਂ ਲੋਕਾਂ ਨੂੰ ਪਤਾ ਲੱਗਿਆ ਡਾਂਗਾ ਮਾਰ ਮਾਰ ਕੱਢਣਾ ਇੱਥੋਂ ਸਾਨੂੰ। ਕੋਈ ਨੀ ਬਾਬਾ, ਕਰ ਲਓ ਲੱਤਾਂ ਜੀਆਂ ਪਰੇ, ਕੀ ਮੁਸ਼ਕ ਖਿਲਾ ਰਿਹਾ। ਆਹੋ ਹਾਂਜੀ ਬਾਬਾ ਜੀ, ਨਾ ਪਖੰਡੀ ਨਿਕਲਿਆ ਉਹਨੇ ਤੇ ਪਛਾਣਿਆ ਨਹੀਂ ਭੂਤ ਕਿਹਦੇ ਜਾ। ਤੇ ਜਦੋਂ ਮੈਂ ਪਹਿਲਾਂ ਤੁਹਾਨੂੰ ਕਹਿੰਦਾ ਰੋਣਾ ਰਿਹਾ ਵੀ ਬਾਬੇ ਦਾ ਕੁੱਖ ਨਹੀਂ ਹੁੰਦਾ, ਤੁਸੀਂ ਪੜ੍ਹੇ ਲਿਖੇ ਹੋ ਕੇ ਫਿਰ ਵੀ ਤੁਸੀਂ ਅਨਪੜ੍ਹ ਦੀਆਂ ਗੱਲਾਂ ਕਰਦੇ ਜੀ ਤੁਸੀਂ, ਹੋਰ ਜਾਓ ਬਾਬਿਆਂ ਤੋਂ। ਹਾਂ ਤਦ ਮੈਂ ਤੈਨੂੰ ਤਾਂ ਮੈਂ ਉਦੋਂ ਗਿਆ ਸੀ ਬਾਬਾ ਪਖੰਡੀ ਆ, ਚੱਲ ਤੂੰ ਵੀ ਨਾਲ ਮੇਰੇ। ਹਾਏ ਮੇਰਾ ਲੱਕ, ਕੀ ਗੱਲ ਹੋ ਗਈ ਆ? ਹਾਏ ਮੈਨੂੰ ਬਾਬੇ ਨੇ ਬੜਾ ਹੀ ਮਾਰਿਆ ਵਾ, ਮੈਨੂੰ ਲਾਸ਼ਾਂ ਵੀ ਪਾਤੀਆਂ, ਮੇਰਾ ਸਿਰ ਬੜਾ ਦੁਖਣ ਡਿਆ ਵਾ। ਚਾਚੀ ਤੇ ਕਹਿੰਦੀ ਬੜਾ ਕਰਨੀ ਵਾਲਾ ਬਾਬਾ ਵਾ, ਤੇ ਤੂੰ ਐ ਬਾਬਾ। ਚਾਚੀ ਨੇ ਸਿਆਪਾ ਹੋਇਆ ਸਾਰਾ। ਕੀ ਗੱਲ ਹੋ ਗਈ ਆ? ਚਾਚੀ ਨੇ ਮੈਨੂੰ ਲੱਗਦਾ ਪੈਸੇ ਲੈਣੇ ਸੀ ਬਾਬੇ ਕੋਲ, ਮੈਨੂੰ ਘਟਾਈ ਆ ਵੀ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ, ਪੈ ਜਾਣਾ ਫਰਕ। ਮੈਂ ਬੈਠਾ ਵੀ ਨਹੀਂ ਜਾਣਦਾ, ਇੰਨੀ ਪੀੜ ਹੁੰਦੀ ਆ। ਪੈ ਜਾਣਾ ਫਰਕ, ਇਦਾਂ ਨਾ ਕਰੀ ਜਾਣ ਤੂੰ। ਤੈਨੂੰ ਪਹਿਲਾਂ ਕਿਹਾ ਸੀ ਤੇਰੇ ਪਖੰਡ ਜਿਹੜੇ ਹਾ ਜਿਹੜੇ ਤੂੰ ਕਰਦੀ ਆ ਨਾ, ਮੈਨੂੰ ਡਾਕਟਰ ਨੇ ਦੱਸਤਾ ਸੀ ਸਾਰਾ ਕੁਝ। ਮੈਂ ਤਾਂ ਆਪਣਾ ਓਦਾਂ ਵਹਿਮ ਕੱਢਣ ਦੇ ਮਾਰੇ ਤੈਨੂੰ ਘਲਾਇਆ ਸੀ ਬਾਬੇ ਕੋਲੋਂ। ਕਿੰਨੇ ਪੈਸੇ ਦੇ ਕੇ ਆਈ ਆ ਬਾਬੇ ਨੂੰ? 10,000। ਇੰਨੇ ਪੈਸੇ ਦੇ ਕੇ ਆ ਗਈ ਉੱਥੇ, ਮਾਰਾਂ ਜੀ ਕਰਦਾ ਕੰਨਾਂ ਤੇ ਇੱਕ। ਅਜੇ ਤੇ ਬਾਬਾ ਆਂਦਾ ਪਤਾ ਨਹੀਂ ਮੈਂ ਕਿਹੜੀਆਂ ਕਿਹੜੀਆਂ ਆਤਮਾਂ ਬੁਲਾਉਣੀਆਂ, ਕਿਹੜੀਆਂ ਆਤਮਾਂ ਬੁਲਾਉਣੀਆਂ ਉਹਨੇ ਘਰੇ ਜਿਹੜਾ ਉਹਨੇ ਹਵਨ ਕਰਨ ਆਉਣਾ। ਕਾਹਦਾ ਹਵਨ ਕਰਨ ਆਉਣੇ ਹੁਣ? ਉਹਨੇ ਉਹੀ ਭੂਤਾਂ ਵਾਲਾ ਕਰਨ ਆਉਣਾ ਵਾ ਹਵਨ। ਹਾਂ ਹਵਨ ਦੇ ਵੀ ਉਹਨੇ ਕਹਿਣਾ ਪੈਸੇ ਲੱਗ ਦੋ। ਉਹ ਤੇ ਕਹਿੰਦਾ ਮੈਨੂੰ ਲੱਗਦਾ ਉਹਨੇ 10,000-20,000 ਰੁਪਇਆ ਫੇਰ ਲੈ ਕੇ ਜਾਣਾ ਹਵਨ ਦਾ। ਆ ਲੈਂਦੇ ਮੈਨੂੰ ਭਜਾ ਲਿਓ ਵੀ ਕੀ ਹੁਣ ਮੈਨੂੰ ਬੜਾ ਅੱਗੇ ਉਹਨੇ ਕੁੱਟਿਆ ਜੇ। ਆ ਲੈਂਦੇ ਉਹਨੂੰ ਕੱਢ ਦੇ ਉਹਦਾ ਹਵਨ, 10,000 ਲੈਣਾ ਉਹਨੇ ਅੱਗੇ, 10,000-20,000 ਕੱਢ ਦੇ ਉਹਦਾ। ਆ ਲੈਂਦੇ ਬਾਬੇ ਨੂੰ। ਸਹਿਜ ਡਾਕਟਰ ਨੇ ਦੱਸਿਆ ਸੀ ਵੀ ਪਖੰਡ ਕਰਦੀ ਸੀ। ਕੌਣ? ਤੇਰੀ ਨਾਲ ਦੀ? ਆਹੋ, ਬਿਮਾਰੀ ਬਿਮੂਰੀ ਇਹਨੂੰ ਕੋਈ ਵੀ ਨੀ ਸੀ, ਜਾਣ ਕੇ ਕੰਮ ਤੋਂ ਬਚਣ ਦੀ ਮਾਰੀ ਕਰੀ ਜਾਂਦੀ ਸੀ ਇਦਾਂ। ਅੱਛਾ, ਡਾਕਟਰ ਨੇ ਮੈਨੂੰ ਸਮਝਾਤੀ ਸਾਰੀ ਗੱਲ, ਇਹਨੂੰ ਤਾਂ ਕਿਸੇ ਚੀਜ਼ ਦੀ ਬਿਮਾਰੀ ਨਹੀਂ ਆ। ਠੀਕ ਹੈ। ਉਹ ਚਾਚੀ ਨੇ ਆ ਕੇ ਬਾਬੇ ਦਾ ਦੱਸਿਆ ਤਾਂ ਮੈਂ ਕਿਹਾ ਚੱਲ ਇੱਕ ਵਾਰੀ ਵੇਖ ਲੈਂਦੇ ਹਾਂ ਇਹਨੂੰ ਕਾਹਦੀ ਕਸਰ ਆ, ਇਹਦਾ ਵੀ ਉਹ ਵੀ ਸੱਕ ਕਢਾ ਲਈਏ। ਤਾਂ ਬਾਬੇ ਨੇ ਤਿੰਨਾਂ ਕੋਲ 10,000 ਰੁਪਇਆ ਲਿਆ ਮਾਂ ਚ। 10,000 ਰੁਪਇਆ? ਆਹੋ, ਤੇ ਕਹਿੰਦਾ ਘਰ ਅਜੇ ਆ ਗਏ ਹੁਣ ਕਰਨਾ ਤੁਹਾਡੇ ਇਹ ਭੂਤ ਬਦ ਬੁਲਾਵਾ ਘਰ ਦੇ ਵਿੱਚ। ਐਵੇਂ ਬਕਵਾਸ ਮਾਰਦਾ ਤੈਨੂੰ, ਤੇ ਮੈਂ ਅੱਗੇ ਕਿਹਾ ਉਹ ਸਮਝਾਇਆ। ਗੱਲ ਸੁਣ, ਇੱਕ ਸਲਾਹ ਕਰੀਏ, ਬਾਬੇ ਨੂੰ ਆਉਂਦੇ ਘਰ ਹੁਣ ਉਹਨੂੰ ਕਹਿੰਦੇ ਆ ਜਾ ਘਰ, ਤੇ ਉਹਨੂੰ ਫੜ ਕੇ ਕਰੀ ਚੰਗਾ ਘੋਟੀਏ, ਉਹਨੂੰ ਪਿਆਰ ਨਾਲ ਘਰ ਬੁਲਾ ਲਈਏ ਕਰੀ। ਬਸ ਬਸ, ਜਦੋਂ ਇੱਕ ਵਾਰੀ ਘਰ ਆਜੂਗਾ ਫਿਰ ਸੇਵਾ ਰਹੀ ਨਾ ਕਰਦੇ, 10,000-20,000 ਕਢਾਵਾਂਗੇ ਉਹਦੋਂ। ਮੈਂ ਕਿਹਾ 20,000 ਤਸੱਲੀ ਕਰਾਂਗੇ ਬਾਬੇ ਦੀ, ਟੈਨਸ਼ਨ ਕਿਉਂ ਲੈਣਾ। ਤੇ ਕਦੋਂ ਆਉਣ ਵਾਲਾ ਨਾ ਬਾਬਾ? ਫਿਰ ਬਾਬੇ ਨੇ ਸਵੇਰੇ ਆਉਣਾ ਵਾ। ਚੱਲ ਠੀਕ ਆ, ਆਹੋ ਕੋਈ ਨੀ, ਚੰਗਾ।
ਤੋ ਘਰੇ ਹੀ ਜੇ ਘਰੇ ਹੋਣੇ ਬਾਬਾ ਜੀ ਆ ਜਾਓ ਬਾਬਾ ਜੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਆ ਜਾਓ ਬਾਬਾ ਜੀ ਲੰਘ ਚਲੋ ਘਰੇ ਅੰਦਰ ਲੰਘ ਚਲੋ ਭਗਤਾ ਗੇਟ ਕਿਉਂ ਬੰਦ ਕਰ ਦਿੱਤਾ ਔਰ ਬਾਬਾ ਜੀ ਤੁਸੀਂ ਬੜੇ ਪਹੁੰਚੇ ਹੋਏ ਮੈਂ ਚਾਹੁੰਦਾ ਪਿੰਡ 'ਚ ਨਾ ਕਿਸਨੂੰ ਪਤਾ ਲੱਗ ਜਾਏ ਇੱਥੇ ਤਾਂ ਭੀੜ ਹੋ ਜਾਣੀ ਆ ਸਿਆਣਾ ਭਗਤਾ ਸਿਆਣਾ ਹਾਂਜੀ ਹਾਂਜੀ ਬਾਬਾ ਜੀ ਆ ਜਾਓ ਬਹੁਤ ਬਹੁਤ ਤੁਸੀਂ ਇੱਥੇ ਬਹੁਤ ਬਾਬਾ ਜੀ ਆ ਜਾਓ ਠੀਕ ਹੋ ਭਗਤਣੀਓ ਬਾਬਾ ਜੀ ਲਿਆਵਾਂ ਫਿਰ ਹਵਨ ਦਾ ਸਮਾਨ ਸਾਰਾ ਜਾ ਹਵਨ ਦਾ ਸਮਾਨ ਲਿਆਇਆ ਕਰੀ ਆਉਣ ਚ ਕੋਈ ਤਕਲੀਫ ਤਾਂ ਨੀ ਹੋਈ ਬਾਬਾ ਜੀ ਨਾ ਭਗਤਾ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਨੇ ਕਿਹੜੇ ਰਾਹ ਖਾਲੀ ਨੇ ਕਿਹੜੇ ਰਾਹ ਭਰੇ ਨੇ ਕੋਈ ਨੀ ਬਾਬਾ ਜੀ ਜਾਣ ਚ ਵੀ ਕੋਈ ਤਕਲੀਫ ਨੀ ਹੋਣੀ ਹਲੋ ਬਾਬਾ ਜੀ ਸਮਾਨ ਨਾਰੀਅਲ ਕਿੱਥੇ ਹੈ ਭਗਤਾ ਤੇਰੇ ਘਰ ਵਿੱਚ ਬੜੀ ਵੱਡੀ ਬਲਾ ਦਾ ਸਾਇਆ ਹੈ ਬਾਬਾ ਜੀ ਇੰਨਾ ਕੁੰਡਾ ਵੀ ਲਾਇਆ ਹਾਂਜੀ ਬਾਬਾ ਜੀ ਆ ਗਏ ਜੇ ਆ ਭਗਤਾ ਬਾਬਾ ਜੀ ਪਹਿਲਾਂ ਮੇਰਾ ਹੱਥ ਵੇਖੋ ਕੀ ਕਹਿੰਦਾ ਭਗਤਾ ਤੇਰਾ ਖੂਨ ਬੜਾ ਗਰਮ ਹੈ ਥੋੜੀ ਨਰਮੀ ਰੱਖਿਆ ਕਰ ਸੁਭਾਅ ਦੇ ਵਿੱਚ ਨਰਮੀ ਬਾਬਾ ਅੱਜ ਹੋਈ ਨੀ ਪੂਰੀ ਸਭ ਗਰਮ ਹੁੰਦਾ ਗਰਮ ਗੱਲਾਂ ਨਹੀਂ ਕਰਨੀਆਂ ਮੈਂ ਇਹ ਸਾਂਭ ਕੇ ਰੱਖਣੀ ਆ ਗਰਮੀ ਗਰਮੀ ਅੱਜ ਸਾਰੀ ਕੱਢ ਦੇਣੀ ਮੈਂ ਕੋਈ ਗੱਲ ਨਹੀਂ ਭਗਤਾ ਕੋਈ ਗੱਲ ਆਪਾਂ ਲੈ ਕੇ ਥੋੜੀ ਸਮੱਗਰੀ ਹੋਰ ਜਿਹੜੀ ਮੰਗਾਈ ਬਾਬਾ ਜੀ ਨੇ ਤੁਸੀਂ ਲਿਆਓ ਸਮੱਗਰੀ ਤੇ ਮੈਂ ਇਹਨੂੰ ਕਰਾਂ ਹੁਣ ਕਾਬੂ ਚਲੋ ਜਾ ਜਰਾ ਹੁਣ ਮੈਂ ਆਪਣਾ ਤਾਂਡਵ ਰੂਪ ਦਿਖਾਉਂਗਾ ਆ ਜਾਓ ਸਮੱਗਰੀ ਲੈ ਜੀ ਆਪਾਂ ਬਾਬਾ ਜੀ ਹੋਸ਼ ਕਰੋ ਸੰਗਤ ਤੇ ਸਾਰੀ ਚੱਲ ਗਈ ਆ ਕਿੱਥੇ ਗਈ ਨਾ ਹੋਵੇ ਬਾਬਾ ਜੀ ਮੈਨੂੰ ਤਾਂ ਅੱਗੇ ਕਾਲੀ ਜੀ ਪੈਣ ਦੀ ਇਹ ਨਾ ਹੋਵੇ ਕਿਤੇ ਹਮਣ ਭਾਰੀ ਪੈ ਜੇ ਅੱਜ ਸਾਡੇ ਦੋਵਾਂ ਤੇ ਭਰਾਵਾ ਡਰਾ ਨਾ ਯਾਰ ਆਪਾਂ ਬਾਬਾ ਜੀ ਨਿਕਲੀਏ ਦੱਬੇ ਦੱਬੇ ਪੈਰੀ ਕੁੱਟਿਆ ਬੜਾ ਮੇਰੇ ਤਾਪ ਚੂ ਲੈਣ ਸੋਚ ਪਈ ਮੇਰੇ ਇੱਥੇ ਕੀ ਹਾਲ ਬਣਿਆ ਮਾਰ ਬੜਾ ਦੂਜੇ ਮੁੰਡੇ ਨੇ ਬੜਾ ਕੁੱਟਿਆ ਜਿਹੜਾ ਬਾਅਦ ਚ ਆਇਆ ਸੀ ਜਿਹੜਾ ਕਹਿੰਦਾ ਮੇਰਾ ਖੂਨ ਬੜਾ ਗਰਮ ਵਾ
ਵਾਕਿਆ ਬੜਾ ਗਰਮ ਆ ਯਾਰ। ਉਦੋਂ ਤਾਂ ਟੇਵਾ ਪੜ ਡਿਆ ਭੈਣ ਉੱਥੇ ਛੇਤੀ ਨਾਲ, ਤੈਨੂੰ ਨੀ ਪਤਾ ਵੀ ਮੂੰਗਲਾ ਵਗਣਾ ਦਵਾਲੇ ਹੁਣ। ਤੂੰ ਨੀ ਉਹਨੂੰ ਬੀਬੀ ਨੂੰ ਪੁੱਛ ਸਕਦਾ ਵੀ ਇੱਦਾਂ ਦਾ ਘਰ ਵਾ? ਤੇ ਮੈਂ ਬੀਬੀ ਨੂੰ ਕੀ ਪੁੱਛਣਾ, ਵੜਦਿਆਂ ਸ਼ਹਿਰ ਤੋਂ ਨਾ ਕੁੰਡਾ ਮਾਰ ਲਿਆ ਅੰਦਰ ਉੱਥੇ। ਚੱਲ ਆ ਜਾ ਭਰਾਵਾ, ਹੁਣ ਨੀ ਆਹ ਕੰਮ ਕਰਿਆ ਕਰ, ਹੁਣ ਕੰਮ ਕੋਈ ਚੰਗਾ ਕਰੀਏ ਆਪਣੀ ਜਿਹੜੀ ਆਪਣੀ ਸ਼ੋਭਾ ਹੋ ਜਾਏ ਜਿਹੜੇ ਕੰਮ 'ਚ।